अस्सलाम वालेकुम। वालेकुम सलाम। अंकल जी क्या नाम है आपका? इमाम बख्श जी। अंकल जी आप कितना अरसा से यहाँ पे काम कर रहे हैं? तकरीबन चार साढ़े चार महीने से काम कर रहा हूँ। साढ़े चार महीने से, तो इससे पहले क्या काम कर रहे थे? पहले यही काम करते थे, वो डंगरू वाली अस्पताल है ना जी, उसके साथ जो है ना हमने जो है ना काफी टाइम लगाया है, तो पहले वहाँ काम करते थे। तो कमेटी वालों ने कहा है कि भाई जो है ना यहाँ जो है ना आप उस पार्क में शिफ्ट हो जाए, जो है ना रास्ते की कोई तंगी होती है, तो हमने उनकी मान के इसमें आ गए। तकरीबन साढ़े चार माह हो गए। और बाहर की नस्बत आपका काम ठीक था या यहाँ पे आपका काम ठीक चल रहा है? बाहर भाई जो आने जाने वाला जो गाहक था ना वो देखता भी था, अगर 20 आदमी देखते थे तो 10 आदमी ले जाते थे या 5 आदमी ले जाते थे। तो असल मेरी मातृ जबान जो है ना सरेकी है, मैं सरेकी सरेकी गाल कर के ना सरेकी ठीक है। तो 15 गाहक आंदे हैं, तो मकसद भी जो 2-4-5 जड़े ना घेन में जाए। इथा अगर 20 बंदे आंदे हैं, पहले तो 20 आंदे ही कोनी, अगर 20 आवेन तभी तो ही कदा कोई घेन में। सवेरे असा को तो 4 महीने थे गए, मेरे जनाब वाला मेरे 4 बच्चे हैं, 4 बच्चे हैं, 2 बच्चियां 2 बच्चे, तो वो जड़े 2 बच्चे मेरे स्टूडेंट हैं, उनको मैं उन नाल यानी के मजदूरी तला के दे इतो इथा कारोबार बहुत खट गए। कारोबार खट, हां मेरी बच्ची 12वीं दी यानी हुन पेपर दिते, लेकिन अगा यानी के अच्छे मुंद नंबर 800 तो मेरे खाले 26 नंबर आए, तो उदी यानी के हाई चॉइस भी मैं को अब अगर पढ़ा, लेकिन मेरी गुंजाइश कौन जगह पढ़ावा थी। मैं आप हार्ट दा मरीज था। अच्छा। मैं कटियालो हस्पताल दे विच दाखिला, उत्था मैं 3 महीना तो बाद वेंदा, मैं को मुफ्त मैं को जनी के जड़ा ना दवाई देन 3 महीना वास्ते, मैं को ना का बाईपास करावा, लेकिन मैं बाईपास ना करवा सका या डर दे मारे आको या मजबूरी आको। मैं उन को तकरीबन साल थी के कोना गया वणण दा किराया को, बच्ची को मैं सुकून हुन कोना पढ़ांदा पिया, बच्ची को माशाल्लाह मैं आके बच्चा को नहीं अल्लाह मालिक के पास अगा था पढ़ाई ना करा सके। ਹੁਣ ਜਿਹੜਾ ਹੈ ਇੱਥਾਂ ਅੱਜ ਸਵੇਰ ਦੀ ਹਕੀਕਤ ਅੱਲਾਹ ਕੋ ਹਾਜ਼ਰ ਨਾਜ਼ਰ ਕਰਕੇ ਸਵੇਰੇ ਦੀ ਜਨਾਬ ਅਸਾਂ ਇਹ ਚੁੱਕੀ ਇਹ ਸਾਰੀ 216 ਰੁਪਏ ਦੀ ਖਰੀਦ ਹੈ। ਇਹ ਦੇਖ ਲਓ ਕਹਿੰਦਾ 216 ਰੁਪਏ ਦੀ ਖਰੀਦ ਹੈ, ਇਹ ਮੈਂ ਵੇਚੀ 220 ਰੁਪਏ ਦੀ। ਮੇਰੇ ਕੋਲ ਇੱਕ ਮਹਿਮਾਨ ਆਏ 2 ਬੰਦੇ ਅਸਾਂ ਮੰਗਵਾਈਏ 3 ਚਾਹਾਂ, 50 ਰੁਪਏ ਦੀ ਚਾਹ ਮਿਲਦੀ ਹੈ, 200 ਰੁਪਏ ਦੀ ਰੋਟੀ ਖਾਦੀ ਹੈ। ਮੇਰਾ ਘਰ ਹੈ ਪੀਰ ਸਾਹਿਬ, ਇਹ ਤਕਰੀਬਨ 8 ਕਿਲੋਮੀਟਰ ਬਣਦਾ ਹੈ, ਉੱਥੋਂ ਯਾਨੀ ਕਿ 150 ਦਾ ਅਸਾਂ ਤੇਲ ਮੈਂ ਪਵਾਵਾਂ ਨਾ, ਯਾਨੀ ਕਿ ਇੱਥਾ ਆ ਕੇ ਮੋਟਰਸਾਈਕਲ ਖੜਾਵਾਂ ਤੇ ਉੱਥਾ ਘਿਨ ਵਣਾ ਤਾਂ ਮੱਸੇ ਪੂਰਾ ਥੀਂਦਾ ਜਾਂ ਪਾਸੇ ਤਾਂ ਲਟਾਵਣਾ ਪਉਂਦਾ। 70 ਰੁਪਇਆ ਕਿਰਾਏ, ਉਹ ਕਿਰਾਏ ਯਾਨੀ ਕਿ ਜਿਹੜਾ ਹੈ ਨਾ ਉਹ ਕਿਰਾਏ ਦੀ ਬੰਦਾ ਬਰਸਰ ਨਹੀਂ ਆਉਂਦਾ, ਯਾਨੀ ਕਿ ਇਤਨਾ ਇੱਕ ਸਾਡਾ ਖਰਚਾ ਥੀ ਵੈਂਦਾ ਮੇਰੇ ਘਰ ਦੀ। ਹਕੀਕਤ ਇਹ ਕਿ ਮੇਰੇ ਕੋਈ ਲੇਲਾ ਰੱਖੋ ਜਾਂ ਬਕਰਾ ਈਦ ਵਾਸਤੇ ਮੈਂ ਉਹ ਵੇਚੋ ਰਹੇ ਕੋਈ 2-4 ਪਈਆਂ ਵੇਚਿਆ ਹੀ ਮੈਂ ਇਵੇਂ ਵਾਲੀ ਕਾਰ, ਯਾਨੀ ਕਿ ਹੁਣ ਅੱਗਾ ਕੋਸ਼ਿਸ਼ ਕੋਈ ਨਹੀਂ ਵੇਚਣ ਦੀ ਜਿਹੜੀ ਬੰਦਾ ਵੇਚੇ। ਅਸਾਂ ਹਕੂਮਤ ਕੋ ਨਹੀਂ, ਜੋ ਹਕੂਮਤ ਕੋਈ ਹਕੂਮਤ ਹੀ ਹੋਵੇ ਨਾ ਸਾਡੇ ਵਾਸਤੇ ਕੋਈ ਚੰਗੀ ਕੋ ਨਹੀਂ ਆਈ। ਕੋਈ ਹਕੂਮਤ ਯਾਨੀ ਕਿ ਜਿਹੜੇ ਨਾ ਉਹਦੀ ਪੜੀ ਮਹਿੰਗਾਈ ਥੀ ਵੈਂਦੀ, ਬੇ ਡਾਲਰ ਡਾਲਰ ਵਾਲਾ ਕੋ ਫਾਇਦਾ ਸਾਬ ਗਰੀਬਾਂ ਨੂੰ ਨੁਕਸਾਨ ਹੀ ਨਾ, ਪਤਰੀ ਡਾਲਰ ਅਸਾਂ ਤਾਂ ਅੱਜ ਤੱਕ ਨਹੀਂ ਠਈ ਹੋਣੀ। ਤੇ ਅੱਲਾਹ ਕੋ ਹਾਜ਼ਰ ਨਾਜ਼ਰ ਕਰਕੇ ਆਦਾ ਪਿਆ ਕਿ ਮੈਂ ਕੋ ਯਾਦ ਕੋ ਨਹੀਂ ਮੈਂ ਬੱਚਾ ਵਾਸਤੇ ਫਰੂਟ ਗਿਨ ਗਿਆ ਹਾਂ ਜਾਂ ਛੋਟਾ ਜਾਂ ਵੱਡਾ ਜਾਂ ਮੁਰਗੀ ਦਾ ਗੋਸ਼ਤ ਗਿਨ ਗਿਆ ਹਾਂ। ਸਾਰਾ ਦਿਹਾਤੀ ਇਲਾਕੇ ਉਹ ਜ਼ਮੀਨਦਾਰਾਂ ਕੋਲ ਕਹਿ ਲੈ ਕੱਦੂ ਮੰਗ ਗਿੰਦੇ ਆ, ਤੇ ਕਹਿ ਲੈ ਬਤਾਉ ਮੰਗ ਗਿੰਦੇ ਆ, ਤੇ ਕਹਿ ਲੈ ਵਸਲ, ਤੇ ਕਹਿ ਲੈ ਕੱਚੀ ਲੱਸੀ ਨਾਲ, ਤੇ ਕਹਿ ਲੈ ਪੱਕੀ ਲੱਸੀ ਨਾਲ ਅਸਾਂ ਟੁੱਕਾ ਦਾ ਗੁਜ਼ਾਰਾ ਕਰੇ ਪਏ। ਹੁਣ ਅੱਗਾ ਜਿਹੜਾ ਹੈ ਨਾ ਸਾ ਕੋ ਹਾਲਾਤ ਕਰਦਾ ਬਹੁ ਮਾੜੇ ਦਿਨ। ਹਕੀਕਤ ਹੈ ਕਿ ਇਵੇਂ ਬੰਦਾ ਜਿਵੇਂ ਆਪਣਾ ਤੰਗ ਹੁੰਦੇ ਨਾ ਤੰਗ ਬਹਿੰਦੇ, ਸਾ ਕੋ ਅਗਰ ਪਿੱਛਾ ਵੱਲ ਉੱਥਾਂ ਵੱਲ ਵੰਜਣ ਡੇ ਮੈਨੂੰ ਤਾਂ ਬਾਈ ਤਾਂ ਸਾਰੇ ਬੈਠੇ ਨੇ, ਅਸਾਂ ਅੱਗੋਂ ਪਿੱਛਾ ਵੱਲ ਵੰਜਣ ਡੇ ਮੈਨੂੰ ਸਾਰਾ ਕੋਈ ਟੁੱਕਰ ਬਣਦਾ ਪਿਆ। ਹੁਣ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਖਤਮ ਤੇ ਟੁੱਕਰ ਵੀ ਜਿਹੜੀ ਕਿ ਖਤਮ। ਅੱਲਾਹ ਉਹ ਤਾਂ ਵਾਅਦਾ ਕੀਤਾ ਵੀ ਤੁਹਾਨੂੰ ਜਿਹੜਾ ਨਾ ਭੁੱਖਾ ਨਾ ਛੁੜਿਆ ਸਾ, ਵੀ ਜਿਹੜਾ ਨਾ ਰੋਟੀ ਨਹੀਂ ਸਾ, ਇਨਸ਼ਾਅੱਲਾ ਰੋਟੀ ਮਿਲਦੀ ਰਾਸੀ ਸੁੱਕੀ ਰੁੱਕੀ ਜਿਵੇਂ ਇਹ ਖਾਂਦੇ ਰਾਸੂ, ਲੇਕਿਨ ਤੰਗ ਬੜੇ ਹੈ। ਅਸਾਂ ਨਾ ਕੋਈ ਵਜ਼ੀਰ ਆਜ਼ਮ ਸਾਡੇ DCO ਸਾਹਿਬ ਇਹ ਹੁਣ ਬੜਾ ਅੱਛਾ ਸੁਣਦੇ ਪਏ, ਬੜਾ ਅੱਛਾ DCO ਹੈ, ਗਰੀਬਾਂ ਦੀ ਸੁਣਦਾ ਇਹ, ਲੇਕਿਨ ਅਸਾਂ ਡਰ ਦੇ ਮਾਰੇ ਜਿਹੜੀ ਕਿ ਪੇਂਡੂ ਲੋਕ ਹੈ ਵਹਿੰਦੇ ਕੋਨ ਹੈ, ਤੁਹਾਡਾ ਟਾਈਮ ਹੈ ਇਹ ਉਹਨਾਂ ਮੈਂ ਜ਼ਿਆਦਾ ਲਾਵਾਂ, ਮੇਰੇ ਯਕੀਨ ਕਰ ਮੇਰੇ ਜਿਹੜੀ ਕਿ ਇਹ ਇਸ ਟਾਈਮ ਜਨਾਬ ਇਹ ਮੇਰੇ ਇਹ ਮੈਂ ਜੀਬ ਤਲੇ ਰੱਖਦਾ ਇਹ ਉੱਤੋਂ ਸਾ ਤਾਂ ਅਚਾਨਕ ਹੈ ਉਹਨੇ ਇਹ ਇੰਜੀ ਸੈੱਟ ਹੈ, ਇੰਜੀ ਸੈੱਟ ਇਹ ਜੀ ਸੈੱਟ ਮੈਂ ਅਗਰ ਜ਼ਿਆਦਾ ਅਲਾਵਾ ਇੱਕ ਮੈਂ ਜੀਬ ਤਲੇ ਰੱਖਦਾ ਤੇ ਮੇਰਾ ਬਾਅਦ ਜਿਹੜਾ ਨਾ ਥੋੜ੍ਹਾ ਨਾ ਸਾਹ ਆਉਂਦਾ। ਪਿੰਨੂ ਸਾਹ ਯਾਨੀ ਕਿ ਪਿੰਨਣ ਦਾ ਯਾਨੀ ਕਿ ਗੱਲ ਹੈ ਕਿ ਵੀ ਪਿੰਨੂ ਯਾਰ ਹੱਥ ਪੇਰ ਹੀਨ ਅੱਖੀਨ, ਅੱਲਾਹ ਕੋਲ ਦੁਆ ਮੰਗਦੇ ਹਾਂ ਕਿ ਅੱਲਾਹ ਕਰੀਮ ਸਾਹਿਬ ਜਿਹੜਾ ਨਾ ਕਹਿ ਤਾਂ ਮੁਥਾਜ ਨਾ ਕਰ ਬਈ ਜਿਹੜਾ ਨਾ ਆਪਣੇ ਦਾ ਇਹ ਸਾਡੀ ਪੋਜੀਸ਼ਨ ਭਾਈ ਅਸੇ ਅੱਲਾਹ ਵਾਸਤੇ ਜੀ ਸਾਹਿਬ ਕੋਈ ਇਹ ਹੱਥ ਬਣ ਕੇ ਮੈਂ ਆਦਾ ਸਾਗੂ ਪੁਰਾਣੀ ਜਹਾਂ ਤੇ ਵੰਜਣ ਡੇਵੇ ਅਸਾਂ ਯਾਨੀ ਕਿ ਜਿਹੜਾ ਨਾ ਪਿੰਨੂ ਨਾ ਪਏ ਜਾਂ ਕਿ ਕਰੂੰ ਅਗਿਆ ਕੋਲ ਖੁਦਕਸ਼ੀ ਨਾ ਕਰੇਂਦੇ। ਅੱਲਾ ਜਿਹੜੇ ਦਿਹਾੜੇ ਜ਼ਿੰਦਗੀ ਦੇਣ, ਅੱਲਾ ਕਰੀਮ ਸਲਾਮਤ ਰੱਖੇ, ਅੱਲਾ ਕਰੀਮ ਹਰ ਕੇ ਕੋਈ ਇੱਜ਼ਤ ਦਾ ਟੁੱਕਰ ਦੇਵੇ ਤੇ ਬਾਕੀ ਇਹ ਸਾਰੀ ਗੁਜ਼ਾਰਿਸ਼ ਹੈ। ਬਾਕੀ ਮਹਿੰਗਾ ਸਸਤਾ ਤਾਂ ਕੀ ਵੇਖੋ ਜੀ, ਕੁਛ ਇਹ ਕੋਲ ਇਹ ਸਸਤਾ ਬਾਜ਼ਾਰ ਨਹੀਂ, ਇਹ ਪਾਰਕ ਦੇ ਵਿੱਚ ਬਲਾਇਆ ਹੀ ਨੇ, ਸਸਤਾ ਬਾਜ਼ਾਰ ਕਿੱਥੇ?
सस्ता बाजार तो माडल बाजार है पास है, लेकिन साढ़े कुल कोई आंदा नहीं असा दें रेटो रेट भी वे पांच रुपए घट ही दे सस्ता तो जात रह गया पिछू जनाब साकू जो व्यापारी है तू शेखा को चाहे साकू हूँ जनाब दे दिन ना अरे सा दुश्मन कोई गल तो उन्होंने भी ठीक है उन्होंने कुछ बकाया पैसे ना दे दे एक रूप।